मैं बख्शीत सिंह श्री राम एग्रीटेक इंडिया कंपनी करनाल अज असी पहुंचे हां पिंड लाखना। आपां इत्थे किसान वीर नूं पुछदे हां जिन्हां ने पिछले साल कणक 411 दी बिजाई कीती सी, अज उन्हां नूं उन्हां दी जबानी पुछदे हां किदां दी लगदा। हांजी भाजी सत श्री अकाल सर भाई, सब तो पहले अपना एड्रैस दसो। हांजी मेरा नाम महावीर सिंह, सोनम सरदार हीरा सिंह, पिंड लाखना, तहसील पट्टी, जिला तरन तारण, ब्लाक बलटोआ। तुहाडा मोबाइल नंबर की? सर मेरा मोबाइल नंबर है 98147076। ਭਾਜੀ ਜਿਹੜੀ ਤੁਸੀਂ 411 ਕਣਕ ਲਗਾਈ ਹੈ ਸ਼੍ਰੀ ਰੰਗ, ਹਾਂਜੀ, ਇਹ ਕਿਹਦੇ ਕਹਿਣ ਤੇ ਲਗਾਈ ਸੀ ਜਾਂ ਤੁਹਾਨੂੰ ਕਿੱਥੋਂ ਪਤਾ ਲੱਗਾ? ਇਹ ਜੀ ਆਪਾਂ ਨੇ ਸ਼ਹਿਰ ਅਮਰਕੋਟ ਸ਼੍ਰੀ ਗੁਰੂ ਰਾਮਦਾਸ ਐਗਰੋ ਸੈਂਟਰ ਆ, ਉਹਨਾਂ ਨੇ ਜਿਹੜੀ ਵਰਾਇਟੀ ਆ ਸ਼੍ਰੀ ਰਾਮ 411 ਮੰਗਵਾਈ ਸੀ, ਤੇ ਉਹਨਾਂ ਨੇ ਸਾਨੂੰ ਕਿਹਾ ਵੀ ਆਹ ਜਿਹੜੀ ਵਰਾਇਟੀ ਤੁਸੀਂ ਬੀਜ ਕੇ ਵੇਖੋ, ਤੇ ਫਿਰ ਆਮ ਕਣਕ ਦੇ ਮੁਕਾਬਲੇ ਨਾਲੋਂ ਝਾੜ ਬਹੁਤ ਜ਼ਿਆਦਾ ਹੈ। ਕੀ ਫਰਕ ਲੱਗਾ ਤੁਹਾਨੂੰ ਜਦੋਂ ਤੁਸੀਂ ਬਿਜਾਈ ਕੀਤੀ ਇਹਦੀ? ਹਾਂਜੀ ਜਦੋਂ ਸਾਰੇ ਅਸੀਂ ਬਿਜਾਈ ਕੀਤੀ ਕੁਝ ਦਿਨਾਂ ਦੀ ਕਣਕ ਹੋਈ, ਜਦੋਂ ਮੰਨ ਲਓ ਆ ਗਈ ਆ 30-35 ਦਿਨ ਤੇ ਆ ਗਈ ਆ, ਇਹ ਕਣਕ ਦੀ ਜਿਹੜੀ ਦੇਖਿਆ ਦੂਜੀ ਕਣਕ ਦੇ ਮੁਕਾਬਲੇ ਆ ਉਹ ਬਹੁਤ ਸੋਹਣੀ ਆ, ਗਰੋਥ ਬਹੁਤ ਸੋਹਣੀ ਕਰਦੀ ਆ, ਫਟਾਰਾ ਬਹੁਤ ਜ਼ਿਆਦਾ ਹੈ, ਫਟਾਰਾ ਬਹੁਤ ਜ਼ਿਆਦਾ ਹੈ, ਆਮ ਨਾਲੀਆਂ ਉਹਦੇ ਨਾਲੋਂ ਇਹਦੀਆਂ ਕਾਫੀ ਗਿਣਤੀ ਦੇ ਵਿੱਚ ਜ਼ਿਆਦੀਆਂ ਹੈ। ਹਾਈਟ ਵਗੈਰਾ? ਹਾਈਟ ਜਿਹੜੀ ਉਹ 29-67 ਦੇ ਨਾਲੋਂ ਕੁਝ ਥੋੜੀ ਜੀ ਬਰਾਬਰ ਆ, ਕੁਝ ਥੋੜੀ ਜੀ ਉਹਦੀ ਸੇਮ ਹੀ ਆ। ਉਹ ਕੁਝ ਕੀ ਐਵਰੇਜ ਆਈ ਭਾਜੀ? ਪਿਛਲੀ ਵਾਰੀ ਜੀ ਆਪਣੀ ਐਵਰੇਜ ਆਈ ਹੈ 62.5 ਮਣ ਦੀ ਪਰ ਏਕੜ ਔਸਤ ਆਈ ਹੈ ਜੀ, ਤੇ 29-67 ਜਾਂ ਹੋਰ ਵੈਰਾਈਟੀਆਂ ਦੀ? ਹਾਂਜੀ ਕੁਝ ਆਪਾਂ 29-67 ਵੀ ਬੀਜੀ ਸੀ, ਜਿਹੜੀ 29-67 ਦੀ ਔਸਤ ਆ ਉਹ 52-53 ਮਣ ਦੀ ਲੈ ਕੇ ਔਸਤ ਆਈ ਹੈ ਜੀ। ਇਹਦੀ ਉਹਦੇ ਨਾਲੋਂ ਕਾਫੀ ਵੱਧ, ਕਾਫੀ ਜ਼ਿਆਦੀ ਹੈ, ਕੋਈ 10 ਤੋਂ ਲੈ ਕੇ 11 ਮਣ ਪਰ ਏਕੜ ਜਿਹੜੀ ਆ ਔਸਤ ਵੱਧ ਆ। ਹੋਰ ਕੋਈ ਡਿੱਗਣ ਦੀ ਸਮੱਸਿਆ, ਕੋਈ ਪੀਲੀ ਕੁੰਗੀ ਦੀ ਸਮੱਸਿਆ? ਨਾ ਜੀ ਇਹ ਕੋਈ ਵੀ ਇਹੋ ਜਿਹੀ ਨੂੰ ਸਮੱਸਿਆ ਨਹੀਂ ਆਉਂਦੀ, ਹਾਲਾਂਕਿ ਦੂਜੀਆਂ ਕਣਕਾਂ ਜਿਹੜੀਆਂ ਡਿੱਗ ਪੈਂਦੀਆਂ ਹੈ, ਤੇ ਜਿਹੜੀ ਆ ਇਹ ਕਣਕ ਹੈ ਸ਼੍ਰੀ ਰਾਮ 411, ਨਾ ਤਾਂ ਇਹਦੇ ਉੱਤੇ ਛੇਤੀ ਕੋਈ ਬਿਮਾਰੀ, ਨਾ ਕੋਈ ਪੀਲੀ ਕੁੰਗੀ ਹਮਲਾ ਕਰਦੀ ਆ, ਤੇ ਨਾ ਕੋਈ ਇਹਦੇ ਉੱਤੇ ਆ ਕੋਈ ਦੂਜੀ ਬਿਮਾਰੀ ਵਗੈਰਾ ਕੋਈ ਹਮਲਾ ਨਹੀਂ ਕਰਦੀ, ਤੇ ਨਾ ਇਹ ਡਿੱਗਦੀ ਆ ਕਣਕੇ। ਫਟਾਰਾ ਬਹੁਤ ਜਿਆਦਾ, ਨਾਲੀਆਂ ਬਹੁਤ ਜਿਆਦਾ ਸੀ, ਸਾਨੂੰ ਵੇਖਣ ਚ ਓਦੋ ਹੀ ਪਤਾ ਲੱਗ ਗਿਆ ਵੀ ਇਹ ਕਣਕ ਕੁਛ ਕਰੇਗੀ, ਇਹਦੇ ਵਿਚ ਕਰਤੂਤ ਹੈਗੀ ਆ, ਤੇ ਜਦੋਂ ਜਿਵੇਂ ਫਿਰ ਉਹ ਬਣਦੀ ਗਈ ਆ ਤੇ ਬਹੁਤ ਵਧੀਆ ਕਣਕ ਦੇ ਝਾੜ ਬਹੁਤ ਵਧੀਆ, ਤੇ ਆਪਾਂ ਤਾਂ ਇਹਦੀ ਬਿਆਈ ਕਰਾਂਗੇ, ਗਾਂ ਵੀ ਸਾਰੀ ਇਸੇ ਦੀ ਬਿਆਈ ਕਰਾਂਗੇ। ਤੁਸੀਂ ਭਾਜੀ ਕੀ ਕਹੋਗੇ 411 ਬਾਰੇ? ਭਾਜੀ ਮੈਂ ਤਾਂ ਇਹੀ ਕਹੂੰਗਾ ਇਹ ਜਿਹੜੀ ਕਣਕ ਹੈ ਬਹੁਤ ਵਧੀਆ, ਜਦੋਂ ਆਪਾਂ ਪੱਕਣ ਤੇ ਆਈ ਆ ਉਦੋਂ ਵੀ ਪਤਾ ਲੱਗਦਾ ਸੀ ਵੀ ਇਹ ਝਾੜ ਬਹੁਤ ਵਧੀਆ ਦਊਗੀ, ਦੂਜੀ ਕਣਕ ਨਾਲੋਂ ਖਲੋਤੇ ਹੀ ਪਤਾ ਲੱਗਦਾ, ਰੰਗ ਢੰਗ ਦਾਣਾ ਲੰਬਾ ਹੈ, ਸੋਹਣਾ ਹੈ, ਮੋਟਾ ਦਾਣਾ ਹੈ। ਦੂਜਾ ਨੰਬਰ ਜਦੋਂ ਆਪਾਂ ਕੰਪੈਨ ਨਾਲ ਕਣਕ ਵੱਢਦੇ ਹਾਂ ਉਦੋਂ ਹੀ ਇਹਦਾ ਪਤਾ ਲੱਗ ਜਾਂਦਾ, ਕਿੱਲੇ ਦੇ ਵਿੱਚ ਗੇੜਾ ਆਉਂਦਿਆਂ ਪਤਾ ਲੱਗ ਜਾਂਦਾ ਵੀ ਇਹ ਦਾਣੇ ਪੈਂਦੇ ਹੈਗੇ ਇਹਦੇ ਵਿੱਚ ਕੋਈ ਨਾ ਕੋਈ ਇਹਦੇ ਪੱਲੇ, ਨਹੀਂ ਤੇ ਆਮ ਕਣਕਾਂ ਆਪਾਂ ਵੱਢਦੇ ਹਾਂ ਉਹ ਅੱਧਾ ਅੱਧਾ ਕਿੱਲਾ ਪੌਣਾ ਕਿੱਲਾ ਵੱਢਿਆ ਜਾਂਦਾ, ਪੂਰਾ ਉਹਦੇ ਵਿੱਚ ਟਾਪਾ ਭਰਦਾ, ਇਹ ਗੇੜਾ ਆਉਂਦਿਆਂ ਹੀ ਮਤਲਬ ਟਾਪਾ ਭਰ ਜਾਂਦਾ ਸੀ ਤੇ ਲੱਗਦਾ ਜਿੱਦਾਂ ਝੜੂਗੀ, ਐ ਲੱਗਦਾ ਜਿੱਦਾਂ ਝੋਨਾ ਵੱਢਦੇ ਹਾਂ ਆਪਾਂ, ਜਦੋਂ ਘਰ ਵੱਢ ਕੇ ਸੁੱਟਿਆ ਇੱਦਾਂ ਬੋਲ ਲੱਗ ਗਿਆ, ਢੇਰ ਲੱਗਿਆ ਸੀ ਵੀ ਜਿੱਦਾਂ ਮਤਲਬ ਝੋਨੇ ਦਾ ਦੜਾ ਲੱਗਾ ਹੁੰਦਾ। ਭਾਜੀ ਕੀ ਕਹੋਗੇ ਆਉਣ ਵਾਲੇ ਸਮੇਂ ਦੇ ਜ਼ਿਮੀਦਾਰਾਂ ਨੂੰ 411 ਬਾਰੇ? ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤਾਂ ਇਹ ਕਿਸਾਨ ਭਰਾਵਾਂ ਨੂੰ ਕਹਿਣਾ ਚਾਹੂੰਗਾ ਕਿ ਅੱਗੇ ਤਾਂ ਆਪਾਂ ਵਰਾਇਟੀ ਜੋ ਵਰਾਇਟੀਆਂ ਪੁਰਾਣੀਆਂ ਆ ਉਹ ਤਾਂ ਆਪਾਂ ਅੱਗੇ ਵੀ ਬੀਜਦੇ ਆਏ ਆ, ਸਾਰੀਆਂ ਬੀਜ ਕੇ ਵੇਖ ਵੀ ਲਈਆਂ ਕੀ ਝਾੜ ਆ, ਇੱਕ ਵਾਰੀ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਕਿ ਤੁਸੀਂ ਸ਼੍ਰੀ ਰਾਮ 411 ਜਿਹੜੀ ਵਰਾਇਟੀ ਆ ਉਹ ਇੱਕ ਵਾਰੀ ਜ਼ਰੂਰ ਬੀਜ ਕੇ ਵੇਖੋ, ਦੂਜੀ ਕਣਕ ਦੇ ਮੁਕਾਬਲੇ ਕੁਛ ਨਾ ਕੁਛ ਤੁਹਾਨੂੰ ਆਪੇ ਹੀ ਝਾੜ ਦਾ ਫਾਇਦਾ ਜਾਪੂਗਾ, ਇਹਦਾ ਦਾਣਾ ਦੇ ਰਿਹਾ ਉਹ ਬਹੁਤ ਵਜਨਦਾਰ ਆ, ਤੇ ਬਾਕੀ ਦੂਜੀ ਗੱਲ ਇਹ ਆ ਕਿ ਜੋ ਆਪਣਾ ਇਹ ਕਣਕ ਦਾ ਨਾੜ ਵੀ ਬਹੁਤ ਭਾਰਾ ਹੈ ਤੇ ਤੂੜੀ ਵੀ ਬਹੁਤ ਜ਼ਿਆਦਾ ਬਣਦੀ ਆ, ਇਹੋ ਜਿਹੀ ਕੋਈ ਦਿੱਕਤ ਨਹੀਂ ਹੈਗੀ ਕਣਕ ਦੇ ਵਿੱਚ। ਠੀਕ ਹੈ ਭਾਜੀ। ਹਾਂਜੀ ਖਾਣ ਵਿੱਚ ਵੀ ਬਹੁਤ ਵਧੀਆ, ਰੋਟੀ ਬਹੁਤ ਵਧੀਆ ਬਣਦੀ ਹੈ ਜੀ, ਸਵਾਦ ਆ, ਰੋਟੀ ਵੀ ਬਹੁਤ ਵਧੀਆ, ਮਿਠਾਸ ਵਾਲੀ ਰੋਟੀ ਬਣਦੀ ਹੈ, ਬਹੁਤ ਵਧੀਆ ਕਣਕ ਆ, ਇੱਕ ਨੰਬਰ ਆ, ਮੈਂ ਤਾਂ ਕੁੱਲ ਕਿਸਾਨ ਭਰਾਵਾਂ ਨੂੰ ਇਹੋ ਬੀਜ ਬੀਜਣਾ ਚਾਹੀਦਾ। ਮਿਹਰਬਾਨੀ, ਥੈਂਕ ਯੂ, ਸਤਿ ਸ਼੍ਰੀ ਅਕਾਲ।